ईश्वर का द्वार, धर्म का द्वार, मोक्ष द्वार संकीर्ण है, सूक्ष्म है।
ਮਹਾਨਤਾ ਦਾ ਜ਼ਿਕਰ ਕੀਤਾ ਹੈ, ਕਰਨੀ ਦਾ, ਕਰਮ ਸਾਰੇ ਸ਼ਬਦ ਵਿੱਚ ਇਹੀ ਹੈ। ਹੁਣ ਮੈਂ ਅਰਜ਼ ਕਰਾਂ, ਕਰਮ ਦੀ ਜ਼ਿੰਮੇਵਾਰੀ ਸਿਰਫ ਮਨੁੱਖ ਨਾਲ ਆਏਦ ਆਉਂਦੀ ਹੈ, ਪਸ਼ੂਆਂ ਨਾਲ ਨਹੀਂ। ਕਰਮ ਦੀ ਜ਼ਿੰਮੇਵਾਰੀ ਸਿਰਫ ਮਨੁੱਖ ਨਾਲ ਆਏਦ ਆਉਂਦੀ ਹੈ, ਪੰਛੀਆਂ ਨਾਲ ਨਹੀਂ, ਬਨਸਪਤੀ ਨਾਲ ਨਹੀਂ, ਪੱਥਰਾਂ ਦੇ ਨਾਲ ਨਹੀਂ। ਕਰਮ ਦੀ ਜ਼ਿੰਮੇਵਾਰੀ ਸਿਰਫ ਮਨੁੱਖ ਦੀ, ਕੇਵਲ ਮਨੁੱਖ ਦੀ। ਮਨੁੱਖਾਂ ਦੇ ਚੋਂ ਵੀ ਜੋ ਬਾਲਕ ਹੈ, 3 ਸਾਲ ਦਾ, 2 ਸਾਲ ਦਾ, 4 ਸਾਲ ਦਾ ਹੈ, ਕਰਮ ਦੀ ਜ਼ਿੰਮੇਵਾਰੀ ਆਏਦ ਨਹੀਂ ਆ। ਕੁਛ ਅਰਸਾ ਹੋਇਆ, ਇੱਕ 4 ਸਾਲ ਦੇ ਬੱਚੇ ਨੇ ਆਪਣੀ ਸੁੱਤੀ ਹੋਈ ਮਾਂ ਦੇ ਮੂੰਹ ਵਿੱਚ ਜ਼ਹਿਰ ਪਾ ਦਿੱਤੀ ਸੀ, ਸ਼ੀਸ਼ੀ 'ਚ ਪਈ ਸੀ ਦਵਾਈ, ਜ਼ਹਿਰੀ ਪਾ ਦਿੱਤੀ, ਮਾਂ ਮਰ ਗਈ। ਉਹ ਬੋਲਾ ਬੱਚਾ, ਕਹਿੰਦਾ ਰਿਹਾ, ਪਤਾ ਨਹੀਂ ਮਾਂ ਨੂੰ ਮੈਂ ਪਿਲਾਇਆ, ਮਾਂ ਸੌ ਗਈ, ਮਾਂ ਸੌ ਗਈ। ਬਾਅਦ ਵਿੱਚ ਤੇ ਪਤਾ ਚੱਲਿਆ, ਖੋਜ ਤੇ ਇਸ ਬੱਚੇ ਨੇ ਤੇ ਜ਼ਹਿਰ ਪਿਲਾ ਦਿੱਤਾ, ਆਪਣੀ ਮਾਂ ਨੂੰ ਪਿਲਾ ਦਿੱਤਾ। ਮਾਸੂਮ, ਨਾਦਾਨ, ਨਾ ਸਮਝ, ਨਾ ਅਦਾਲਤ ਸਜ਼ਾ ਦੇ ਸਕਦੀ ਹੈ, ਨਾ ਸਮਾਜ। ਉਹਨੂੰ ਕਾਤਲ ਕਰਾਰ ਨਹੀਂ ਦਿੱਤਾ ਜਾ ਸਕਦਾ, ਦੁਨੀਆਂ ਦੀ ਕੋਈ ਅਦਾਲਤ 3-4 ਸਾਲ ਦੇ ਬੱਚੇ ਨੂੰ ਸਜ਼ਾ ਨਹੀਂ ਦਿੱਤੀ। ਕਰਮ ਦੀ ਜ਼ਿੰਮੇਵਾਰੀ ਇਸ ਬੱਚੇ 'ਤੇ ਆਏ ਦੀ ਨਹੀਂ, ਲਾਗੂ ਨਹੀਂ, ਕਿਉਂਕਿ ਜਿੱਥੇ ਪਸ਼ੂ ਅਚੇਤ ਨੇ, ਮਾਸੂਮ ਬੱਚਾ ਵੀ ਅਚੇਤ ਹੈ, ਬਾਲਕ ਬੁੱਧ ਅਚੇਤ। ਮਹਾਰਾਜ ਕਹਿੰਦੇ ਬਾਲਕ ਬੁੱਧ ਅਚੇਤ, ਬੱਚਾ ਤੇ ਅਚੇਤ। ਕਰਮ ਦੀ ਜ਼ਿੰਮੇਵਾਰੀ ਅਚੇਤ ਤੇ ਲਾਗੂ ਨਹੀਂ। ਕਿਤਨਾ ਅਨਰਥ ਕਰ ਲਵੇ ਕੋਈ ਪਸ਼ੂ ਔਰ ਕਰ ਦੇ, ਨਾ ਅਸੀਂ ਉਹਨਾਂ ਨੂੰ ਬੇਈਮਾਨ ਆਖਦੇ ਹਾਂ, ਨਾ ਉਹਨਾਂ ਨੂੰ ਕਾਤਲ ਆਖਦੇ ਹਾਂ, ਨਾ ਉਹਨਾਂ ਨੂੰ ਦੁਰਾਚਾਰੀ ਕਹਿੰਦੇ ਹਾਂ, ਨਾ ਉਹਨਾਂ ਨੂੰ ਚੋਰ ਕਹਿੰਦੇ। ਜੰਗਲਾਂ ਦੇ ਹਿਰਨ ਖੇਤੀ ਕਰ ਲੈਂਦੇ, ਸ਼ੇਰ ਮਨੁੱਖਾਂ 'ਤੇ ਹਮਲੇ ਕਰ ਦਿੰਦੇ ਨੇ, ਸਭ ਬੰਦਿਆਂ ਨੂੰ ਵੀ ਡੰਗ ਮਾਰ ਦਿੰਦੇ ਨੇ। ਕਰਮ ਦੀ ਜ਼ਿੰਮੇਵਾਰੀ ਪਸ਼ੂਆਂ 'ਤੇ, ਪੰਛੀਆਂ 'ਤੇ, ਬਨਸਪਤੀ 'ਤੇ ਆਏਦ ਨਹੀਂ। ਮੈਂ ਦੁਹਰਾ ਦਿਆਂ, ਇਹਨਾਂ ਨੂੰ ਪ੍ਰਕਿਰਤੀ ਚਲਾਉਂਦੀ ਹੈ, ਇਸ ਤਰ੍ਹਾਂ ਚਲਾਉਂਦੀ ਹੈ ਜਿਵੇਂ ਕੋਈ ਸੁੱਤਾ ਹੋਇਆ ਬੱਚਾ ਮਾਂ ਦੀ ਗੋਦ 'ਚ। ਮਾਂ ਚੱਲ ਰਹੀ ਹੈ, ਬੱਚਾ ਵੀ ਚੱਲ ਰਿਹਾ, ਬੱਚਾ ਆਪਣੇ ਆਪ ਵਿੱਚ ਨਹੀਂ ਚੱਲ ਰਿਹਾ, ਮਾਂ ਦਾ ਚਲਾਇਆ ਚੱਲ ਰਿਹਾ, ਪ੍ਰਕਿਰਤੀ ਚਲਾ, ਅਚੇਤ ਨੂੰ ਪ੍ਰਕਿਰਤੀ ਚਲਾਉਂਦੀ। ਚੱਲਦੀ ਚੱਲਦੀ ਮਾਂ ਕਿਧਰੇ ਗਿਰ ਗਈ ਹੈ, ਉਹਨੂੰ ਸੱਟ ਲੱਗ ਗਈ ਹੈ, ਬੱਚੇ ਨੂੰ ਵੀ ਸੱਟ ਲੱਗ ਗਈ ਹੈ, ਇਹ ਜ਼ਿੰਮੇਵਾਰੀ ਵੀ ਪ੍ਰਕਿਰਤੀ ਦੀ ਹੈ, ਉਸ ਬੱਚੇ ਦੀ ਨਹੀਂ। ਉਹ ਤੇ ਮਾਂ ਦੀ ਗੋਦ ਹੀ ਸੀ ਅਚੇ ਸੁੱਤਾ ਹੋਇਆ। ਮੈਂ ਅਰਜ਼ ਕਰਾਂ, ਪਸ਼ੂ ਜੋ ਕੁਛ ਵੀ ਕਰਦੇ ਨੇ, ਕੋਈ ਪਸ਼ੂ ਜ਼ਿੰਮੇਵਾਰ ਨਹੀਂ, ਉਹਨਾਂ 'ਤੇ ਜ਼ਿੰਮੇਵਾਰੀ ਆਇਦ ਨਹੀਂ ਕਰ ਸਕਦੇ। ਰੂਹੇ ਜ਼ਮੀਨ ਵਿੱਚ ਕੇਵਲ ਇੱਕ ਮਨੁੱਖ ਹੀ ਹੈ ਜੋ ਉਸ ਤਨ ਇਤਨਾ ਸੁਚੇਤ ਹੋ ਗਿਆ ਕਿ ਕਰਮ ਨੂੰ ਸਮਝ ਸਕਦਾ। ਪਤਾ ਇਸ ਨੂੰ, ਮੈਂ ਅੱਗ ਦੇ 'ਚ ਹੱਥ ਪਾਵਾਂਗਾ ਜਲ ਜਾਵਾਂਗਾ। ਪਤਾ ਇਸ ਨੂੰ, ਮੈਂ ਇਸ ਖੱਡ ਦੇ 'ਚ ਗਿਰਾਂਗਾ ਟੁਕੜੇ ਟੁਕੜੇ ਨੂੰ। ਪਤਾ ਇਸ ਮਨੁੱਖ ਨੂੰ, ਮੈਂ ਜ਼ਹਿਰ ਪੀਵਾਂਗਾ
मर जाना। इस वास्ते अगर कोई मनुख अनर्थ करता है, गलत कर्म करता है, तो ये आखे मैनू पता नहीं सी, गुरबाणी ते ऐसा नहीं मन। कबीर मन जाने सब बात, जानते ही अवगन कहे कि कुसलात, आख दे कुवे। जिमें पशुओं उपदेश देन की लोड़ नहीं, अचेत है। पंछियों नू कथा सुनाने की लोड़ नहीं, अचेत है। वनस्पति नू संदेश उपदेश सुनाने की कोई लोड़ नहीं, अचेत है। अगर वाकई मनुख भी पूर्ण अचेत है, फिर कथा कीर्तन क्यों सुनाई? इन्ने अवतारी पुरशा ने क्यों मेहनत की? इन्ने ग्रंथ रचे, इतना ज्ञान रचिया। मनुख इतना सुचेत जरूर हो गया है कि कर्म नो समझता है, समझ इनू पता है मेरा हाथ बल्दी हुई अग दे चला गया, जले। लेकिन मनुख सिर्फ थोड़ा बहुत अपने तन के प्रति सुचेत है, मन के प्रति नहीं। मन साड़ा सूक्ष्म शरीर है और ये प्राणा के आसरे से खड़ा है। इस वास्ते सूक्ष्म शरीर नूं कई हवा भी कहते हैं, इते हवा हवा। जितना असी खांदे पींदे हां इस अस्थूल शरीर विच जांदा है, जितना सोचते विचारते सुनते वेखते हाँ वो सूक्ष्म शरीर विच, वो सूक्ष्म शरीर विच उत्थे जमा। साढ़े दो शरीर ने, सूक्ष्म अस्थूल। साढ़े गुरु घर की भी एक कथा है, बाहर दिया ते बहुत सारिया ने, बाबा राम राय ने अपनी पत्नी नूं आख्या, धन गुरु हर राय साहब दे वड्डे साहिबजादे, भई मैं इस शरीर विचों जा रहा कुछ दिनों लई, गालबन पंज दिनों, ते पंज दिन तक तू मेरे इस अस्थूल शरीर की देख रेख कर। एक कथा है गुरु प्रताप सूरज दे, एक कथा है गुरमत दे इतिहास दे। दो दिन तक पूरी हिफाजत कर दे रही, ते मसंदा नू किधरे इस घटना का पता चल गया, ते मसंद उंज भी गुरु घर तो पहले ही टुट के पहले बाबा पृथ्वी चंद नाल जुड़े हुए सन, बाद च राम राय। जिन्हां मसंदा की स्थापना गुरु अमरदास जी महाराज ने की थी। मसंद फारसी का लफ्ज है मसनत, उसका पंजाबी उच्चारण है मसंद। मसनत मंजी, मसनत चौकी, मसनत छोटा सिंघासन। अपने तख्त के नाल जो छोटा तख्त गुरु अमरदास जी महाराज ने जिन्ना 22 मनुखां नूं बख्शिश कीता सी, तख्त नूं चौकी नूं मंजी नूं परशिंद कहिंदे ने मसनत,